ਮੁੰਡੇ ਨਹੀਂ ਦੱਦੇ ਛੋਟਰਾ ਬਾਕ ਮੈਂ ਕਿ ਸਣੀ ਸਕੂਟਰ ਜਾਂਦੇ ਸੀ ਸਾਰੇ ਮਾਂ ਭੈਣ ਦੀ ਉਹ ਖਵਾਰ ਵਿੱਚ ਆ ਗਿਆ ਹੁਣ ਮੈਂ ਬਿੱਗ ਲਿਆ ਮੈਂ ਦਦਾ ਜੀ ਬਾਬਾ ਜੀ ਮੈਨੂੰ ਇਹ ਦੱਸੋ ਤੁਸੀਂ ਗਾਲਾਂ ਕਿਉਂ ਨਹੀਂ ਕੱਢਦੇ ਹੋ ਲੋਕੀ ਆਪੀ ਖਾਂਦੇ ਆ ਅਸਲਾਮ ਵਾਲੇਕੁਮ ਨਾਜ਼ਰੀਨ WAI ਪਾਕਿਸਤਾਨ ਦੇ ਨਾਲ ਵਗਾਰੀ ਹੁਣ ਸਵਰੀਦ ਮੈਂ ਚਾਦਰੇ ਅੱਜ ਇੱਕ ਦਫਾ ਫੇਰ ਅਸੀਂ ਬਾਬਾ ਜੀ ਨਜ਼ੀਰ ਸਾਹਿਬ ਕੋਲ ਹਾਜ਼ਰ ਹੋਏ ਆਂ ਔਰ ਇਹ ਬਾਬਾ ਜੀ ਹਾਂ ਲੋ ਤੁਹਾਨੂੰ ਅਸੀਂ ਦੱਸਿਆ ਕਿ ਬਾਬਾ ਜੀ ਬशीर ਸਾਹਿਬ ਜਿੰਨਾ ਹਿਸਟਰੀ ਦਸੀ ਪਾਕਿਸਤਾਨ ਤੇ ਇੰਡੀਆ ਜਦੋਂ ਵੰਡ ਹੋਈ ਸੀ तो उन्हें ताए चाचे के पुत्र ने कज़न ने और सर शाह साहब जड़े रलियो की तो नाव ना तावन के नाल और एजाज साहब बाबा जी नज़ीर साहब के जेडे पुत्र ने वो भी साढ़े बैठे ने सब तो पहले उन्होंने सलाम पुछने असला वाल जनाब ठीक हो अल्लाह अ नाम की तुडा इमरान अहमद इमरान अहमद इमरान अहमद साहब असी आज ਤੁਹਾਡੇ ਵਾਲਦ ਸਾਹਿਬ ਦਾ ਇੰਟਰਵਿਊ ਕਰਨ ਆਏ ਆਂ ਔਰ ਉਹ ਇੰਟਰਵਿਊ ਜਰਾ ਥੋੜਾ ਜਿਹਾ ਡਿਫਰੈਂਟ ਹੈ ਨਾਜ਼ਰੀਨ ਲੇਕਿਨ ਉਹ ਬਾਬਾ ਜੀ ਨਾਲ ਹੀ ਗੱਲ ਕਰਕੇ ਤੇ ਪੁੱਛਣੇ ਆਂ ਅਸਲਾਮੁਅਲੈਕਮ ਵਅਲੈਕਮ ਸਲਾਮ ਜੀ ਬਾਬਾ ਜੀ ਮੈਨੂੰ ਇਹ ਦੱਸੋ ਤੁਸੀਂ ਗਾਲਾਂ ਕਿਉਂ ਨਹੀਂਆ ਕੱਢਦੇ ਹੋ ਲੋਕੀ ਆਪੀ ਖਾਂਦੇ ਆ ਨਾਂਡਪੁਰ ਖਰੋੜੀਆਂ ਦੇ ਮੁੰਡੇ ਖਾਸੀਆਂ ਨੁੱਤਣਾਂ ਤੇ ਰੰਬਦੋ ਕੀ ਪਾਣ ਸਕੂਟਰਾਂ ਚਾਕ ਲਾਂਦੇ ਜੇ ਮੈਂ ਸਕੂਲ ਤੇ ਲਾਗੇ ਗਿਆ ਨਾ ਕੋਈ ਨਹੀਂ ਤੁਰਾ ਜਾਂਦਾ ਤੇ ਉਹ ਇੱਕ ਵਿੱਚੋਂ ਗਾਉਂਦਾ ਮੁੰਡੇ ਨਹੀਂ ਦੱਦਦੇ ਛੋੜ ਤੇਰਾ ਬਾ ਕਰ ਮੈਂ ਕਿਹਾ ਸਣੀ ਸਕੂਟਰ ਜਾਂਦੇ ਸੀ ਸਾਰੇ ਮਾਂ ਭੈਣ ਦੀ ਅੱਛਾ ਤੇ ਇਹ ਜਿਹੜਾ ਹਸਮੁਖ ਤੁਹਾਡਾ ਮਜ਼ਾਜ ਹੈ ਇਹ ਬਚਪਨ ਤੋਂ ਹੀ ਹੈ ਜਾਂ ਬਾ ਨਾ ਇਹ ਛੋੜਾ ਚਿਹਰਾ ਹੈ ਚੁਰੂ ਹੈ ਆਪ ਹੀ ਸ਼ੁਰੂ ਕੀਤਾ ਸੀ ਆਪੇ ਜੋ ਮੈਂ ਫਸਿਆ ਹੋਣ ਦਾ ਕੰਮ ਸ਼ੁਰੂ ਹੋਇਆ ਕਿੱਥੇ ਫਸੇ ਹੋ ਅ ਜਿਹੜਾ ਮੈਂ ਤਿੰਨ ਦਿਨ ਸਕੂਲ ਦੇ ਪਾਣੀਆ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਤੁਸੀਂ ਤੁਹਾਡੀ ਤੇ ਮਾਸ਼ਾਅੱਲਾ ਜੀ ਤੁਸੀਂ ਨਸਦੇ ਫਿਰਦੇ ਮੈਂ ਕਿਹਾ ਨਾਲੇ ਕਿਤੇ ਜਿਹਦੀ ਬੈੜਾ ਬਣਿਆ ਮੈਂ ਹਾਂ ਸੇਦ ਦਾ ਕੀ ਰਾਹ ਦੇ ਤੁਹਾਡੀ ਦਾ ਸੇਦ ਤੇ ਮੈਂ ਤੇ ਮੁੰਡਿਆਂ ਦੀ ਮਾਨ ਪੀ ਤੁਹਾਨੂੰ ਨਾ ਜੇਦਾ ਕੰਟਰੋਲ ਕੰਟਰੋਲ ਕੀ ਖਾਂਦੇ ਰਹੇ ਹੋ ਜਦੋਂ ਜਦਾਂ ਕੋ ਦੁੱਧ ਕਿ ਹੋਈ ਹੁੰਦਾ ਔਰ ਕੀ ਖਾਣਾ ਹੁੰਦਾ ਅੱਜ ਵੀ ਉਦਾਂ ਸੇਵਾ ਚਾਹ ਤੇ ਮੈਂ ਬੁਰਕਦਾ ਨਹੀਂ ਪੁਰਾਣੇ ਵਕਤ ਦੀ ਫਰਾਕ ਦੱਸੋ ਕੀ ਸੀ ਪੁਰਾਣੇ ਇਹ ਦੁੱਧ ਕਿ ਹੋਵੇ ਬਹੁਤ ਆਉਂਦਾ ਚੰਗਾ ਬੇਸੀ ਕਿਉਂ ਖਾਂਦੇ ਰਹੇ ਹੋ ਹਾਂਜੀ ਕਿੰਨਾ ਕੋ ਖਾਦਾ ਅੱਜ ਮੇਰੀ ਸੇਵਾ ਉਦਾਂ ਹੁੰਦੀ ਹੈ ਅੱਛਾ ਹਾਂ ਇਹ ਜਿਹੜੇ ਹਨ ਮੇਰੇ ਮੁੰਡੇ ਇਹ ਮੈਨੂੰ ਕਹਿੰਦੇ ਮਸ਼ੀਨ ਅੱਛਾ ਮੈਂ ਕਿਹਾ ਭੈਣ ਜੋ ਖੋ ਇਹਦੇ ਪੁਰਜੇ ਢਿੱਲੇ ਹੁੰਦੇ ਜਾਂਦੇ ਆ ਜਿਹਦੇ ਨੂੰ ਰਗਣਾ ਜੋ ਮਰ ਜਾਣੇ ਕਹਿੰਦਾ ਚਾਚਾ ਬੀਛਤੀ ਅੱਛਾ ਇਹ ਨਵੀਂ ਪੂੰਗਲੀ ਇਹਨਾਂ ਨੂੰ ਕੋਈ ਪਾਗਾਮ ਦਵੋ ਕੋ ਮੈਸੇਜ ਦਵੋ ਕਿ ਉਹ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਬਰਕਰਾਰ ਰੱਖਣ ਮੁੰਨੇ ਰੰਦਾ ਮੰਨਣਾ ਉਲਟ ਹੋ ਗਏ ਜਿਹਦੀ ਵਜ੍ਹਾ ਕੀ ਆ ਟੈਲੀਫੋਨ ਦਾ ਚੱਲਿਆ ਫੋਨ ਫਾਨ ਜਿਹੜੇ ਰੱਖੇ ਆਹੋ ਅਗੇ ਕਹਿਨ ਵਯਾ ਕਹਿਣਾ ਆ ਜੀ ਹੁਣ ਭਾਣੇ ਉੱਤੇ ਕਹਿੰਦੇ ਭਲਾਨੇ ਮੋੜ ਤੇ ਆ ਜੀ ਮੈਂ ਚੱਲਿਆ ਅਰੇ ਕਹਿਣਾ ਕੀ ਚਾਹਤੇ ਹੋ ਇਹ ਝੂਠਾ ਇਦਾ ਹੈ ਅਗਲਾ ਘਰ ਬੈਠਿਆ ਨਾ ਮੇਰੇ ਚਿੱਟਾ ਮੁੰਡਾ ਜਨਨ ਨਾ ਮਾਨੀ ਆਹ ਇੱਕ ਪੇ ਘਰ ਬੈਠਿਆ ਬਾਰ ਨੂੰ ਪੂਣਾ ਦੇ ਕਿ ਲਮਾ ਰਿਆ ਪਿਆ ਬੜਾ ਮਾ ਪਿਆ ਹੋਣਾ ਝੂਠਕ ਨਹੀਂ ਇਹ ਝੂਠ ਯਾਨੀ ਇਹ ਫੋਨ ਸਾਰਾ ਝੂਠ ਹੀ ਹੈ ਘਰ ਬੰਦਾ ਬੈਠਾ ਹੋਏ ਤੇ ਕੇ ਮੈਂ ਸਿਆਲ ਕੋੜਾ ਮੈਨੂੰ ਕਹਿੰਦੀ ਮੈਂ ਆ ਦੇ ਕਿ ਲਾਗੇ ਆ ਗਿਆ ਤੇ ਹੁਣਾਂ ਸੁਤੇ ਆ ਤੁਹਾਨੂੰ ਕਦੀ ਜ਼ਿੰਦਗੀ ਚ ਕਿਸੇ ਨਾਲ ਪਿਆਰ ਹੋਇਆ ਨਾ ਬੁੱਡੀ ਨਾਲ ਹੀ ਹੋਇਆ ਹੋਰ ਕਿਤੇ ਨਹੀਂ ਹੋਇਆ ਬੁੱਡੀ ਨਾਲ ਹੀ ਕਹਿੰਦੇ ਹਮਕੋ ਮਾਰੋ ਹਮਕੋ ਜ਼ਿੰਦਾ ਮਤ ਛੋੜਾ ਸਾ ਲੋ ਅੱਛਾ ਬੰਦੇ ਤੁਹਾਡੇ ਕੋ ਡਰਦੇ ਕਿਸ ਵਜ੍ਹਾ ਤੂੰ ਨਹੀਂ ਬੰਦੇ ਚਾਲੂ ਨੇ ਬੜੇ ਨਾ ਬੱਢਣ ਪੈਣਾ ਆ ਬੱਢਣੀ ਆ ਕਿ ਜਿਹੜਾ ਕੇਰੇ ਗੱਲ ਪੈਣਾ ਗਾਲਾਂ ਕੱਢਣੀ ਸੱਚੀ ਗੱਲ ਕਰ ਚੱਲ ਸੱਚੀ ਗੱਲ ਕਰ ਚੱਲ ਨਾ ਨਾ ਮੈਨੂੰ ਮਾਰ ਨਹੀਂ ਰੋਜਾ ਪੜਿਆ ਮੈਂ ਛੋਟ ਨਹੀਂ ਮਾਰ ਅੱਛਾ ਤੁਹਾਡੇ ਵਕਤਾਂ ਚ ਤੇ ਫੋਨ ਸ਼ੂਨ ਕੋਈ ਨਹੀਂ ਹੁੰਦੇ ਨਾ ਨਾ ਕੋਈ ਨਹੀਂ ਤੋ ਕਿਸ ਤਰ੍ਹਾਂ ਟਾਈਮ ਪਾਸ ਹੁੰਦਾ ਸੀ ਉਦੋਂ ਨਹੀਂ ਸਾਹਮਣੇ ਸਾਹਮਣੇ ਸਭ ਨੇ ਸਭ ਠੀਕ ਹੈ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਨਾ ਮੁੰਡੇ ਤੁਹਾਡੇ ਵੀਡੀਓ ਤੁਹਾਡੇ ਬੇਟੇ ਦੱਸ ਰਹੇ ਆ ਤੁਹਾਡੀਆਂ ਵੀਡੀਓ ਬੜੇ ਲੋਕ ਬਣਾਉਂਦੇ ਨੇ ਉਹ ਬਣਾਉਂਦੇ ਉਹਨਾਂ ਨੂੰ ਮੈਂ ਕਹਿਣਾ ਹੁੰਨਾ ਹਾਂ ਮੈਂ ਕਹਿੰਨਾ ਬੇ ਬੇ ਰਖਣੀ ਵੇਚ ਤੇ ਫੇਰ ਇੰਨਾ ਪੁੱਛ ਕੇ ਚਲੋ ਤੇ ਬੇਕਾਰ ਖਾਨੇ ਤੇ ਪੇਮੈਂਟ ਲਈ ਜਾ ਲੰਦਾ ਤੇ ਲਈ ਮਾਵਾ ਪਹਿਣਾ ਵੇਖਣ ਉਹ ਆਪੇ ਢਾਟ ਜਾਂਦੇ ਨੇ ਯਾਨੀ ਲੈ ਰਹੇ ਕਪੜੇ ਲਾ ਲੈਂਦੇ ਹਾਂ ਤੇ ਆਪਣੇ ਘਰ ਜਾ ਕੇ ਲਾ ਦਿਓ ਟੋਟੂਆ ਵਡੀਆ ਬਣਾ ਐਂ ਚਰਗੇ ਦੇ ਵੱਡੇ ਭਰਾ ਠਾਨੇਦਾਰ ਲਾਓ ਉਹ ਤੇ ਉਹਨੇ ਮਕਾਨ ਸਿਕਾ ਉਹਦੇ ਮੁੰਡੇ ਵੱਡੇ ਦਾ ਵਿਆਹ ਸੀ ਅਹੀਂ ਮੈਂ ਤੇ ਮਾਸਟਰ ਸਾਰੇ ਜੀ ਗਏ ਗਏ ਜਮ ਉਹ ਤੇ ਨਾ ਚੰਨੂ ਤੇ ਬਾਬਾ ਇਹ ਨਿੰਦੋਂ ਦੇ ਜਿਹੜਾ ਡਾਂਸ ਕੀ ਕਰ ਲੈਂਦੇ ਹੋ ਹੈ ਲੈ ਡਾਂਸ ਜੀ ਮੈਂ ਭੈਣ ਡਾਂਸ ਕਰਦਾ ਨਿੰਨ ਜੇ ਕੋਡ ਵੀ ਕਿਹ ਲੈ ਲਾਈ ਪਰ ਹੁਣ ਵੱਡ ਗਏ ਆ ਅੱਛਾ ਕੋਲ ਡੱਗ ਜੇ ਕੰਮਾਂ ਚਾਰੇ ਕਿਤਨੇ ਫੇਰ ਹੈ ਲਾਹੋਰ ਚਲ ਗਏ ਫੇਰ ਕਿਹ ਲਾਹੋਰ ਚੜ ਗਏ ਤੇ ਨੱਚਦੇ ਨਹੀਂ ਚਦੇ ਰਹੇ ਰੌਣਕ ਲੱਗੀ ਰਹੀ ਉਹ ਫੇਰ ਛਾਰੇ ਮੂੜੇ ਹੁੰਦੇ ਆ ਉਹ ਮੇਰੇ ਵਾਲੇ ਬਾਬਾ ਜੀ ਮੇਰੇ ਅੰਨ ਮੂੰਹ ਕਰੀ ਫੋਟੋ ਕੁਝ ਮੈਂ ਦੇ ਦੇ ਲਾਉਣਾ ਘਰ ਤੇ ਮੈਂ ਵੀ ਦੇ ਲਾ ਲਾਂਦਾ ਉਹ ਸਾਰੇ ਨਾ ਗਿਆ ਮੈਂ ਕਿਹਾ ਲੈ ਕੇ ਜਾਓ ਜੇ ਵੀ ਪੋਚ ਵਿੱਚ ਰੱਖਣਾ ਤੇ ਕੱਢ ਲੈ ਹਮ ਅੱਛਾ ਇਹ ਤੇ ਗੱਲਾਂ ਹੋ ਗਈਆਂ ਕੋਈ ਅੱਛੀ ਜੀ ਨਸੀਅਤ ਕਰੋ ਆਨ ਵਾਲੀ نسل ਜਿਹੜੀ ਹੈ ਸਾਡੀ ਚੱਲ ਰਹੀ ਹੈ ਤੁਹਾਡਾ ਵੇਖਣਾ ਨਹੀਂ ਔਖਾ ਹੀ ਕੰਮ ਆ ਇਹ ਨਾ ਇਹ نسل ਨਹੀਂ ਸਾਡਾ ਕੰਮ ਅੱਛਾ ਆਹ ਇਹ ਜਿਹੜੀ ਪੀੜ੍ਹੀ ਨੇ ਪੁਰਾਣੇ ਬੰਦੇ ਉਹ ਇਲਾਜਾਂ ਮੇਂ ਰੱਖਦੇ ਹਾਂ ਤੇ ਹੁਣ ਜਿਹੜੇ ਹੁਣ ਦੀ نسل ਹੈ ਭੈਣੇ ਦੀ ਬੁੱਢੀ ਲੱਗੇ ਜਾਂਦੇ ਛੋ ਉਹਦਾ ਬਲਬਲਾਏ ਜਾਂਦੇ ਅੱਛਾ ਬਾਬਾ ਜੀ ਅੱਜ ਕੱਲ ਪਹਿਲੇ ਤੇ ਚਲੋ ਲੋਕ ਸਾਹਮਣੇ ਸਾਨੂੰ ਅੱਜ ਕੱਲ ਇਹ ਵੇ ਕਿ ਮੁੰਡੇ ਜਿਹੜੇ ਨੇ ਅੱਜ ਕੱਲ ਰਨਮਰੀਦ ਬਣ ਜਾਂਦੇ ਨੇ ਮਾਂ ਇਹ ਲਾਹਤ ਨਾਲ ਕੁੱਤੀ ਮਾਰ ਕੁੱਤਾ ਲੱਗਿਆ ਬਣ ਜਾਂਦਾ ਇਹ ਕੁੱਤੇ ਬਣ ਗਏ ਆ ਤੇ ਉਹ ਤਰੀਕਾ ਦੱਸੋ ਕਿਸ ਤਰ੍ਹਾਂ ਆਪਣੇ ਆਪ ਨੂੰ ਠੀਕ ਕਰਨ ਇਹ ਨਹੀਂ ਠੀਕ ਹੋ ਜਾਂਦੇ ਉਹਦੀ ਕੀ ਵਜ੍ਹਾ ਹਾਂ ਇਹ ਜਮਾਨਾ ਇਹ ਜੇ ਆ ਗਿਆ ਤੇ ਹੂੰ ਰਨਮਰੀਦ ਹੀ ਕਰਦੇ ਨੇ ਰਨਮਰੀਦ ਮਾਂ ਪਿਓ ਦੀ ਕਦਰ ਭੁੱਲ ਜਾਂਦੇ ਨਾ ਨਾ ਉਹਨੂੰ ਤੁੰਦ ਦਿੰਦੇ ਆ ਚਲ ਤੁਹਾਡੇ ਬੱਚੇ ਵੀ ਤੁਹਾਡੇ ਤਾਂ ਬਿਆਦਰੀ ਕਰਦੇ ਨੇ ਆ ਕਾਰੀਬ ਆਰਟੀ ਇਹ ਇਹ ਤੁਹਾਡੇ ਬੇਟੇ ਨੇ ਨਾ ਯਾਨੀ ਕਿ ਮੈਂ ਜਮਾਇਆ ਤੁਹਾਡੇ ਕਿੰਨੇ ਪੁੱਤਰ ਨੇ ਨਿੱਕੇ ਨੇ ਪੁੱਤਰ ਦੋ ਪਹਿਣਾ ਦੋ ਚਾਰ ਤੀਆਂ ਚਾਰ ਤੀਆਂ ਇਹ ਤੁਹਾਡੇ ਪੁੱਤਰ ਜਿਹੜੇ ਤੁਹਾਡੇ ਕੋਲ ਬੈਠੇ ਨੇ ਕੀ ਨਾਮ ਹੈ ਉਹਨਾਂ ਦਾ ਇਹ ਨਾਨ ਮੇਰੇ ਨਾਲ ਆਏ ਵੱਡੇ ਨਾਨੋ ਮੇਰਾ ਯਾਰ ਤਾਂ ਉਹਦਾ ਨਾਮ ਜਮਾਨਾ ਇਹ ਤਾਂ ਮਾਨ ਹੈ ਮਾਨ ਯਾਨੀ ਕਿ ਮਾਨ ਅੱਜ ਮਾਨ ਦਾ ਵਿਆਹ ਕੀਤਾ ਲੈ ਉਨਕੇ ਕੀਤਾ ਭੰਗੜਾ ਮਾਰ ਲਿਆ ਉੱਥੇ ਨਾ ਲਿਆ ਉੱਥੇ ਦੋਨ ਮੁੜੇ ਵਿਆਹ ਇੱਕੋ ਕਾਰ ਅੱਛਾ ਤੇ ਮਾਨ ਸਾਹਿਬ ਤੁਹਾਡੀ ਤਾਬੇਦਾਰੀ ਕਰਦੇ ਨੇ ਘੜਵੇ ਘੜਵੇ ਵੇ ਮੇਰੀ ਮਮੀ ਪਛਣਵੇ ਅੱਛਾ ਹਾਂ ਮਾਹੀ ਆਵੇ ਜਿਵੇਂ ਜਮਿਆਨਾ ਮਾਹੀ ਮਾਹ ਨੂੰ ਕਿ ਪੈਣੀ ਲਈ ਕਿੱਲੀ ਚੱਟ ਲੈਂਦੀ ਕੋਈ ਫਰਕ ਪੈ ਜਾਂਦਾ ਉਹਨੇ ਮਾਹੀ ਕਿਹਾ ਮੈਂ ਜੇ ਮੈਨੂੰ ਦੱਲ ਦੇ ਮੈਂ ਚਾਰ ਲੱਕ ਡਲਾ ਲੈਂਦਾ ਕਲਕੂ ਵੀ ਸਾ ਕਾ ਕਦਮ ਚੜਿਆ ਨਾਜ਼ਰੀਨ ਬਾਬਾ ਜੀ ਲਈ ਦੁਆ ਕਰਿਓ ਕਿ ਅੱਲਾਹ ਤਾਲਾ ਇਹਨਾਂ ਨੂੰ ਸਿਹਤ ਵਾਲੀ ਜ਼ਿੰਦਗੀ ਦੇ ਔਰ ਅੱਲਾਹ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਖੁਸ਼ ਰੱਖੇ ਔਰ ਜਿੱਥੇ ਅਸੀਂ ਬੈਠੇ ਆਂ ਬਾਈ ਇਮਰਾਨ ਸਾਹਿਬ ਇਹ ਸਾਨੂੰ ਮਿਲੇ ਇਹਨਾਂ ਨੇ ਬੜਾ ਤਾਵਨ ਕੀਤਾ ਬੜੀ ਮੁਹੱਬਤ ਕੀਤੀ ਔਰ ਬਾਬਾ ਜੀ ਹੱਸ ਮੁਖ ਨੇ ਦਿਲ ਦੇ ਸਾਫ ਨੇ ਗੱਲਾਂ ਜਿਹੜੀਆਂ ਉਹ ਸੱਚੀਆਂ ਕਰਦੇ ਨੇ ਤੇ ਸੱਚੀਆਂ ਜਿਹੜੀਆਂ ਉਹ ਕੋੜੀਆਂ ਹੁੰਦੀਆਂ ਨੇ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਨੇ ਔਰ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਅਗਰ ਵੀਡੀਓ ਅੱਛੀ ਲੱਗੀ ਹੋਏ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਔਰ ਕਮੈਂਟਸ ਦੇ ਵਿੱਚ ਆਪਣੇ ਖਿਆਲਾਂ ਦਾ ਇਜ਼ਹਾਰ ਕਰਿਓ ਮੈਂ ਵਕਾਰ ਯੂਨਸ ਅੱਲਾ ਹਾਫਿਜ਼